ਇਨਾ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੁਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ ਅਸੀਂ ਅਕਸਰ ਸੂਬੇ ਵਿੱਚ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਵੀ ਕਈ ਮਾਮਲੇ ਸੁਣਦੇ ਹਾਂ ਹਾਲੀ ਦੇ ਵਿੱਚ ਇੱਕ ਜਿਹਹਾ ਹੀ ਖਾਕੀ ਵਰਦੀ ਨੂੰ ਦਾਗ ਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਲਾ ਤਰਨਤਾਰਨ ਤੋਂ ਜੀ ਹਾਂ ਤਰਨਤਾਰਨ ਦੇ ਇੱਕ ਚੌਕੇ ਇੰਚਾਰਜ ਤੇ ਐਸਆਈ ਦੇ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਦਸਣਯੋਗ ਹੈ ਕਿ ਚੌਂਕੀ ਇਨਚਾਰਜ ਅਤੇ ਐਸਆਈ ਦੀ ਰਿਸ਼ਵਤ ਲੈੰਦੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਇਸੇ ਸਬਦੇ ਚਲਦੇ ਚੌਂਕੀ ਇਨਚਾਰਜ ਮਾਨੋਚਾਹਲ ਅਤੇ ਐਸਆਈ ਅਮਰਜੀਤ ਸਿੰਘ ਨੂੰ ਹਾਲੀ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਐਸਆਈ ਅਮਰਜੀਤ ਸਿੰਘ ਚੌਂਕੀ ਇਨਚਾਰਜ ਮਾਨੋਚਾਹਲ ਕਿਸੇ ਤੋਂ ਰਿਸ਼ਵਤ ਲੈ ਰਹੇ ਨੇ ਇਹ ਵੀਡੀਓ ਇੰਟਰਨੈਟ ਤੇ ਅੱਗ ਵਾਂਗਰ ਫੈਲ ਗਈ ਹੈ ਇਹ ਮਾਮਲਾ ਜਦੋਂ ਐਸਐਸਪੀ ਧਰਮਨ ਐਚਐਨਐਮ ਬਾਲੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਐਸਆਈ ਨੂੰ ਸਸਪੈਂਡ ਕਰ ਦਿੱਤਾ ਤੇ ਉਹਨੂੰ ਪੁਲਿਸ ਲਾਈਨ ਪੇਜ ਦਿੱਤਾ ਦੱਸਦੀ ਹੈ ਕਿ ਐਸਐਸਪੀ ਨੰਬਾਲੇ ਨੇ ਮਾਮਲੇ ਦੀ ਅਗਲੇਰੀ ਜਾਂਚ ਨੂੰ ਲੈ ਕੇ ਡੀਐਸਪੀ ਗੋਇੰਦਵਾਲ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਮਾਨੋਚਾਹਲ ਕਲਾਂ ਦੇ ਇੰਚਾਰਜ ਐਸਆਈ ਅਮਰਜੀਤ ਸਿੰਘ ਵੱਲੋਂ ਸ਼ਿਕਾਇਤ ਕਰਵਾਉਣ ਵਾਲੀ ਹਰਵਿੰਦਰ ਕੌਰ ਤੋਂ ਇੱਕ ਕੇਸ ਨੂੰ ਲੈ ਕੇ ਦੋਸ਼ੀਆਂ ਦਾ ਚਲਾਨ ਪੇਸ਼ ਕਰਨ ਲਈ 20000 ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਦੇ ਚਲਦੇ ਐਸਆਈ ਅਮਰਜੀਤ ਸਿੰਘ ਨੇ ਉਸ ਔਰਤ ਤੋਂ 10000 ਰੁਪਏ ਦੀ ਰਾਸ਼ੀ ਪਹਿਲਾਂ ਲੈ ਲਈ ਸੀ ਅਤੇ ਬਚੇ 10000 ਲੈਣ ਲਈ ਆਏ ਸੀ ਜਿਸ ਵੇਲੇ ਦਾ ਵੀਡੀਓ ਸਾਹਮਣੇ ਆਇਆ ਪੁਲਿਸ ਪ੍ਰਸ਼ਾਸਨ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਜਿਸ ਦੇ ਚਲਦੇ ਐਸਐਸਪੀ ਨਿਮਬਾਲੇ ਵੀ ਅਜਿਹੇ ਮਾਮਲਿਆਂ ਪ੍ਰਤੀ ਸਖਤ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਰਿਸ਼ਵਤ ਲੈਣ ਵਾਲੇ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਚੰਡੀਗੜ੍ਹ ਤੋਂ ਪੀਬੀਸੀ ਨਿਊਜ਼ ਲਈ ਬਿਊਰੋ ਰਿਪੋਰਟ ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੁਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ